जाके हाकम नू मुड़ पंजाब वाल ना झाकी ओ कदे गली बाती लगदी नहीं ओ उच्चे अंबरां नू टाकी ओ सड़कां ते असी आ गए आ छट फसलां दी राखी योध बासी हुण करना पैना ओ करजा सिया हुण करना पैना जो हिसाब दिल्ली नाल बाकी जो हिसाब दिल्ली नाल बाकी ओ दिल्लियो चढ़ चढ़ बदल साडे घर वल आ गए ने फसलां दी जो लाउंदे बोली हुण साडी ला गए ने दिल्लियो चढ़ चढ़ बदल साडे घर वल आ गए ने फसलां दी जो फैसला सानू मंजूर नहीं मोदी दलिया तेरा फैसला सानू मंजूर नहीं दिल्ली मारू चीकां देखी ओ दिन दूर नहीं केड़ा मुल है पाया तू सिखां दी कुर्बानी दा केड़ा मुल है पाया तू सिखां दी कुर्बानी दा मोदी दलिया देखी अज तू जोश जवानी दा मोदी दलिया देखी अज तू जोश जवानी दा पिंडां विच असीं डंडा लेके भजाउणे सारे ही सरकार साडा अपना अपना किसान सरकार बनाऊगा ਸਾਡੇ ਬੈਕ ਸਾਈਡ ਤੁਸੀਂ ਦੇਖ ਰਹੇ ਹੋ ਇਸ ਟਾਈਮ ਸੈਂਟਰ ਸਰਕਾਰ ਦੇ ਆਰਡੀਨੈਂਸਾਂ ਨੂੰ ਲੈ ਕੇ ਜੋ ਰੋਸ ਮੁਜ਼ਾਹਰੇ ਆਲ ਪੰਜਾਬ ਆਲ ਇੰਡੀਆ ਵਿੱਚ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਇਹ ਧਰਨੇ ਮੁਜ਼ਾਹਰੇ ਜਾਰੀ ਨੇ ਅਤੇ ਸਾਡੇ ਪੰਜਾਬ ਦੇ ਵਿੱਚ ਵੀ ਥਾਂ ਥਾਂ 'ਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਨੌਜਵਾਨ ਆੜ੍ਹਤੀ ਦੁਕਾਨਦਾਰ ਇਸ ਆਰਡੀਨੈਂਸ ਨੂੰ ਲੈ ਕੇ ਇਕੱਠੇ ਹੋਏ ਨੇ ਸਾਡੇ ਬੈਕ ਸਾਈਡ ਗੋਲਡੀ ਜੈਸਵਾਲ ਆਮ ਆਦਮੀ ਪਾਰਟੀ ਤੋਂ ਉਹਨਾਂ ਦੀ ਨੁਮਾਇੰਦਗੀ ਦੇ ਵਿੱਚ ਨੌਜਵਾਨ ਇਕੱਠੇ ਹੋਏ ਨੇ ਅਸੀਂ ਪੁੱਛ ਲੈਂਦੇ ਹਾਂ ਕਿ ਅੱਜ ਦਾ ਜੋ ਇਹ ਧਰਨਾ ਮੁਜ਼ਾਹਰਾ ਹੈ ਕਿਸ ਵਿਸ਼ੇ 'ਤੇ ਲੈ ਕੇ ਅਤੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਗੋਲਡੀ ਜੀ ਨੇ ਇਹਨਾਂ ਤੋਂ ਗੱਲ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਗੋਲਡੀ ਬਿਲਕੁਲ ਜੀ ਕੱਲ ਅਸੀਂ ਸੱਦਾ ਵੀ ਦਿਆ ਸੀ ਤੇ ਓਵਰਆਲ ਅੱਜ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ ਅੱਜ ਪੰਜਾਬ ਸਾਰੀ ਹਰ ਜਗ੍ਹਾ ਤੋਂ ਬੰਦ ਹੈ ਇਹ ਚੰਡੀਗੜ੍ਹ ਪੰਜਾਬ ਦਾ ਬਾਰਡਰ ਹੈ ਮੁੱਲਾਂਪੁਰ ਦੇ ਕੋਲ ਇਹ ਸਾਰੇ ਮੁੱਲਾਂਪੁਰ ਦੇ ਏਰੀਏ ਦੇ ਹੋਰ ਸਾਰੇ ਕਿਸਾਨਾਂ ਨੇ ਖੁਦ ਇਕੱਠੇ ਹੋ ਕੇ ਟਰੈਕਟਰਾਂ ਨਾਲ ਬੰਦ ਕਰਿਆ ਬੈਰੀਅਰ ਉਹ ਇਸ ਕਰਕੇ ਕਰਿਆ ਕਿਉਂਕਿ ਇਹ ਸਾਰੇ ਕਿਸਾਨ ਭਰਾ ਏ ਸਭ ਦੀ ਡਿਮਾਂਡ ਹੈ ਕਿ ਕਿਸਾਨ ਆਰਡੀਨੈਂਸ ਬਿੱਲ ਹਰ ਹਾਲਤ ਦੇ ਵਿੱਚ ਵਾਪਸ ਹੋਣਾ ਚਾਹੀਦਾ ਹਰ ਹਾਲਤ ਦੇ ਵਿੱਚ ਵਾਪਸ ਹੋਣਾ ਚਾਹੀਦਾ ਜੇ ਅਜੇ ਵੀ ਸਰਕਾਰਾਂ ਨਹੀਂ ਸੁਣਦੀਆਂ ਤਾਂ ਅਸੀਂ ਅਗਲੀ ਕਾਰਵਾਈ ਚਾਹੇ ਸਾਨੂੰ ਦਿੱਲੀ ਤੱਕ ਜਾਣਾ ਪਵੇ ਸਾਰੇ ਅਸੀਂ ਕਿਸਾਨਾਂ ਦੇ ਨਾਲ ਅਸੀਂ ਵੱਡੀ ਗਿਣਤੀ ਵਿੱਚ ਆਏ ਹਾਂ ਕਿ ਇਹ ਰੋਡ ਜਾਮ ਕਰਾਂਗੇ ਮੈਂ ਖੁਦ ਕਿਸਾਨ ਹਾਂ ਇਹਨਾਂ ਨੇ ਮੱਕੀ ਦਾ ਰੇਟ ਦੇਖ ਲਓ 700 ਰੁਪਏ ਮੱਕੀ ਦਾ ਰੇਟ ਲੱਗਿਆ ਹੈ ਇਹ ਜੋ ਆਰਡੀਨੈਂਸ ਪਾਸ ਕਰ ਰਹੇ ਨੇ ਉੱਥੇ ਬੈਠ ਕੇ ਏਸੀ ਕਮਰਿਆਂ ਦੇ ਵਿੱਚ ਇਹਨਾਂ ਨੂੰ ਕੀ ਪਤਾ ਹੈ ਕਿ ਕਿਸਾਨ ਕਿੱਦਾਂ ਫਾਹ ਲੈ ਕੇ ਮਰ ਰਿਹਾ ਹੈ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਇਹਨਾਂ ਨੇ ਭਖਾਰੀ ਬਣਾ ਦਿੱਤਾ ਪਹਿਲੇ ਅਸੀਂ ਅੱਜ ਵੀ ਖਤਮ ਹੈ ਇਸ ਦਿੱਲੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਉੱਥੋਂ ਬੜੇ ਵੱਡੇ ਆਰਡਰ ਉਹ ਕਰਦੀ ਹੈ ਕਾਨੂੰਨ ਪਾਸ ਕਰਦੀ ਹੈ ਬੜੀਆਂ ਹਕੂਮਤਾਂ ਹੋ ਗੁਜ਼ਰੀਆਂ ਮੇਰੇ ਭਾਈ ਸਾਹਿਬ ਬਹੁਤ ਹਕੂਮਤਾਂ ਹੋ ਗਈਆਂ ਪੰਜਾਬ ਸਾਹਿਬ ਪੰਜਾਬ ਨਾਲ ਮੱਥਾ ਲਾਉਂਦੇ ਲਾਉਂਦੇ ਬਹੁਤ ਹਕੂਮਤਾਂ ਹੋ ਗੁਜ਼ਰੀਆਂ ਇਹ ਇੱਦਾਂ ਦਾ ਇੱਦਾਂ ਹੀ ਹੈ ਇਹ ਬਾਂਦਰਾ ਸੱਦਾ ਦਿੱਤਾ ਗਿਆ ਸੀ ਕਿਸਾਨ ਯੂਨੀਅਨਾਂ ਵੱਲੋਂ ਅਤੇ ਅੱਜ ਅਕਾਲੀ ਦਲ ਵੱਲੋਂ ਵੀ ਉਸਦਾ ਸਮਰਥਨ ਕਰਦੇ ਹੋਏ ਅੱਜ ਜੋ ਕੁਰਾਲੀ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ ਉਸ ਲਈ ਅੱਜ ਪਿੰਡ ਖਿਜਰਾਬਾਦ ਤੋਂ ਅਕਾਲੀ ਦਲ ਦੇ ਸਾਰੇ ਵਰਕਰ ਸਾਹਿਬਾਨ ਇੱਥੇ ਪਹੁੰਚੇ ਨੇ ਅਤੇ ਸਾਰਿਆਂ ਨੇ ਟਰੈਕਟਰ ਲੈ ਕੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਕਿਸਾਨ ਭਰਾ ਵੀ ਨੇ ਇਹਨਾਂ ਦੇ ਵਿੱਚ ਕਈ ਹੋਰ ਜ਼ਿੰਮੀਦਾਰ ਵੀ ਨੇ ਅਤੇ ਇਹਨਾਂ ਵੱਲੋਂ ਅੱਜ ਜੋ ਰੋਸ ਪ੍ਰਦਰਸ਼ਨ ਜੋ ਕਿਸਾਨ ਆਰਡੀਨੈਂਸ ਜੋ ਤਾਨਾਸ਼ਾਹੀ ਨੀਤੀ ਮੋਦੀ ਦੀ ਜੋ ਬਰਕਰਾਰ ਹੈ ਉਹਦੇ ਖਿਲਾਫ ਅੱਜ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਸਾਨੂੰ ਪਹਿਲਾਂ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਅਕਾਲੀ ਦਲ ਤੋਂ ਵੀਰ ਜੀ ਵੀ ਹਾਜ਼ਰ ਨੇ ਵੀਰ ਕਿੱਦਾਂ ਦੇਖਦੇ ਹੋ ਜੋ ਅਕਾਲੀ ਦਲ ਵੱਲੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਅਕਾਲੀ ਦਲ ਵੀ ਯੂ ਟਰਨ ਲੈ ਕੇ ਜੋ ਮੈਦਾਨ ਵਿੱਚ ਆਈ ਹੈ ਅਤੇ ਕਿਸਾਨਾਂ ਦੇ ਨਾਲ ਖੜੀ ਹੈ ਕਿੱਦਾਂ ਦੇਖਦੇ ਹੋ ਉਸਨੂੰ ਜਿਹੜਾ ਇਹ ਸੈਂਟਰ ਸਰਕਾਰ ਨੇ ਮੋਦੀ ਸਰਕਾਰ ਨੇ ਕਿਸਾਨੀ ਦੇ ਵਿਰੁੱਧ ਆਰਡੀਨੈਂਸ ਜਾਰੀ ਕੀਤਾ ਇਸ ਦੇ ਵਿਰੋਧ ਦੇ ਵਿੱਚ ਪਹਿਲਾਂ ਵਾਰਤਾ ਇੱਕ ਕੜੀ ਦੀ ਤਰ੍ਹਾਂ ਹਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੰਮ ਕੀਤਾ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਕਿਸਾਨਾਂ ਦਾ ਜੋ ਸੁਝਾਓ ਸੀ ਉਹ ਸੈਂਟਰ 'ਚ ਰੱਖਿਆ ਲੇਕਿਨ ਸੈਂਟਰ ਦੀ
बीजेपी सरकार ने जिहड़ा उह साडा सुझाव सी अकाली दल दा उह नहीं मन्निया वी किसानां नूं हित दे विच रख के जिहड़ा ऑर्डिनेंस लियांदा जावे। उन्हां ने लोक सभा ते विधान सभा दे विच पास कीता। इह यू टर्न नहीं है। जदों साडा हर जिहड़ी साडी सिमरता हरबीबा बीबा सिमरत कौर जिहड़ी सेंटर दे विच साडे वजीर सी, उन्होंने एक कड़ी तरह काम किया। पहलां सिर्फ पहलां उन्होंने भी हो सकता बीजेपी सरकार है जिहड़ी इहनूं ऑर्डिनेंस नूं वापस कर दे या रद्द कर दे, इहदे विच जो भी कमियां उह दूर करके उह विच लिखियां जाण। सो जदों नहीं उन्होंने मन्निया तां बीबा हरसिमरत कौर ने सेंटर दी बिजली नूं लत्त मारी है। जे आपां देखिया जावे तां इक पंची तों कोई अस्तीफा नहीं दे सकदा, लेकिन इह सेंटर दी जिहड़ी वजीरी है कैबिनेट मतलब कि CM तों बड़ा अहुदा है, उहदी वजीरी नूं लत्त मारी है। असीं उहनां दा धन्नवाद भी करदे हां जिन्हां ने किसानी दे वास्ते जो एडा वड्डा कदम चुकिया। तो अज किसानां दा जो बंद दा सद्दा है असीं उसनूं समर्थन दिंदे होए, साडे प्रधान जी दा सानूं हुक्म सी भी असीं किसानां ने अलग लाउणे आ, तो असीं अपने धरने आ जिहड़े उहनां नूं समर्थन दे के किसानां रेलां रोकियां, असीं चक्का जाम करना है। अज असीं अपने हल्के दे विच सरदार रणजीत सिंह गिल दी अगवाई दे विच कराली चौंक दे विच धरना ला रहे हैं, चक्का जाम कर रहे हैं, ਤਾਂ ਕਿ ਜਿਹੜੀ ਸਾਡੀ ਆਵਾਜ਼ ਹੈ ਇਹ ਸੈਂਟਰ ਤੱਕ ਮੋਦੀ ਸਰਕਾਰ ਤੱਕ ਜਾ ਸਕੇ। ਇੱਕ ਵੱਡਾ ਸਵਾਲ ਇਹਦੇ 'ਚ ਪੈਦਾ ਹੁੰਦਾ ਹੈ ਕਿ ਦੇਖੋ ਦੇਖੀ ਦੋਨੋਂ ਪਾਰਟੀਆਂ, ਕਾਂਗਰਸ ਪਾਰਟੀ ਉੱਧਰ ਖੜੀ ਹੈ, ਅਕਾਲੀ ਦਲ ਇੱਧਰ ਖੜੀ ਹੈ, ਇਹਦੇ ਵਿੱਚ ਜ਼ਿਆਦਾ ਇਕੱਠ ਦਿਖਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ, ਰਾਜਨੀਤੀ ਤਾਂ ਨਹੀਂ ਹੋ ਰਹੀ ਕਿਸਾਨਾਂ ਪਿੱਛੇ? ਨਹੀਂ, ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਹੈਗੀ। ਸਿਰਫ ਇਹ ਚਲੋ ਉਹਨਾਂ ਨੇ ਆਪਣਾ ਪ੍ਰੋਟੈਸਟ ਕਰਨਾ ਚਾਹੇ ਪ੍ਰੋਟੈਸਟ ਬੰਦਾ, ਕਈ ਸ਼ਹਿਰਾਂ ਵਿੱਚ ਮੈਂ ਤੁਹਾਡੀ ਗੱਲ ਕੱਟ ਰਿਹਾ, ਕਈ ਸ਼ਹਿਰਾਂ ਵਿੱਚ ਇਦਾਂ ਦੇਖਿਆ ਗਿਆ ਹੈ ਦੋ ਲਾਈਨ ਸੜਕ ਜਾ ਰਹੀ ਹੈ, ਇੱਕ ਸਾਈਡ ਕਾਂਗਰਸੀ ਹੁੱਲੜਬਾਜ਼ੀ ਕਰ ਰਹੇ ਵਰਕਰ ਤੇ ਦੂਜੀ ਸਾਈਡ ਅਕਾਲੀ ਦਲ ਦੇ ਹੁੱਲੜਬਾਜ਼ੀ ਕਰ ਰਹੇ, ਉੱਚੀ ਉੱਚੀ ਗਾਣੇ ਲਾ ਕੇ, ਉਹਦੇ 'ਚ ਕਿਸਾਨੀ ਦਾ ਦੇਖੋ ਜਿਹੜੀ ਹੁੱਲੜਬਾਜ਼ੀ ਕਰਨੀ ਹੈ ਇੱਕ ਗਲਤ ਹੈ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ ਬੰਦਾ, ਚਾਹੇ ਸਾਡੇ ਨਾਲ ਹੈ ਚਾਹੇ ਉਹਨਾਂ ਨਾਲ, ਕੋਈ ਵੀ ਬੰਦਾ ਇਹੋ ਜਿਹੀ ਹੁੱਲੜਬਾਜ਼ੀ ਕਰਦਾ ਉਹ ਨਹੀਂ ਹੋਣੀ ਚਾਹੀਦੀ। ਇਹ ਇੱਕ ਸੰਘਰਸ਼ ਹੈ ਕਿਸਾਨੀ ਜੋ ਕਿਸਾਨੀ ਦੇ ਵਿੱਚ ਆਰਡੀਨਰ ਉਹਦੇ ਸੰਬੰਧ ਦੇ ਵਿੱਚ ਕਿਸਾਨਾਂ ਦਾ ਰਾਇ ਸੀ, ਕਿਸਾਨਾਂ ਦੀ ਰਾਇ ਸੀ ਵੀ ਕਿਸਾਨੀ ਹੈ ਜਿਹੜੀ ਉਹ ਅਲੱਗ ਲਾਊਗੀ ਧਰਨੇ, ਉਹਦੇ ਵਿੱਚ ਕਿਸੇ ਪਾਰਟੀ ਦੀ ਸ਼ਮੂਲੀਅਤ ਨਹੀਂ, ਇਹ ਕਿਸਾਨਾਂ ਦੀ ਰਾਏ ਹੈ ਅਤੇ ਪਾਰਟੀ ਆਪਣੀ ਜਗ੍ਹਾ ਅਲੱਗ ਲਾ ਰਹੀਆਂ ਇਹਦੇ ਵਿੱਚ, ਚਾਹੇ ਕਾਂਗਰਸ ਲਾਉਂਦੀ ਚਾਹੇ ਦੂਏ ਆਪ ਵਾਲੇ ਲਾਉਂਦੇ ਚਾਹੇ ਅਕਾਲੀ ਦਲ ਲਾਉਂਦਾ, ਠੀਕ ਹੈ ਜਿੰਨਾ ਪ੍ਰੋਟੈਸਟ ਵੱਧ ਤੋਂ ਵੱਧ ਹੋਊਗਾ ਘਰਾਂ 'ਚੋਂ ਲੋਕ ਨਿਕਲ ਕੇ ਸੜਕਾਂ 'ਤੇ ਆਉਣਗੇ ਉਹਦਾ ਅਸਰ ਜ਼ਰੂਰ ਕੇਂਦਰ ਤੱਕ ਜਾਊਗਾ। 25 ਤਰੀਕ ਤੋਂ ਬਾਅਦ ਅੱਜ ਦੀ ਡੇਟ ਤੋਂ ਬਾਅਦ ਅਗਲਾ ਆਰਡੀਨੈਂਸ ਰਾਸ਼ਟਰਪਤੀ ਵੱਲੋਂ ਵੀ ਸਾਈਨ ਕਰ ਦਿੱਤਾ ਜਾਂਦਾ, ਉਹਦੇ ਅਗਲਾ ਤੁਹਾਡਾ ਕੀ ਉਹ ਸਾਡਾ ਪ੍ਰਧਾਨ ਜੀ ਦਾ ਜੋ ਵੀ ਹੁਕਮ ਹੋਊਗਾ, ਤੁਸੀਂ ਪਿਛਲਾ 70 ਸਾਲ ਦਾ ਇਤਿਹਾਸ ਦੇਖ ਲਓ, ਜਦੋਂ ਵੀ ਸੰਘਰਸ਼ ਜਿਹੜੇ ਕੀਤੇ ਹੈ ਉਹ ਅਕਾਲੀ ਦਲ ਨਾਲ ਕੀਤੇ ਹੈ। ਜੇ ਜ਼ਿਮੀਂਦਾਰ ਦੇ ਵਾਸਤੇ ਕਦੀ ਵੀ ਕੋਈ ਵੀ ਸੁੱਖ ਸਹੂਲਤ ਲੈ ਕੇ ਆਇਆ ਉਹ ਅਕਾਲੀ ਦਲ ਹੈ, ਤੁਸੀਂ ਇਤਿਹਾਸ ਪੋਲ ਲਓ, ਕਿਸੇ ਪਾਰਟੀ ਨੇ ਕਿਸਾਨਾਂ ਵਾਸਤੇ ਕੁਝ ਨਹੀਂ ਕੀਤਾ, ਇਹ ਸਿਰਫ ਅਕਾਲੀ ਦਲ ਹੈ। ਜਿੰਨਾ ਵੀ ਵੱਡਾ ਚਾਹੇ ਜੇਲ੍ਹਾਂ ਭਰਨੀਆਂ ਪੈਣ, ਚਾਹੇ ਜੋ ਮਰਜ਼ੀ ਕਰਨਾ ਪਵੇ, ਸਾਡੇ ਪ੍ਰਧਾਨ ਜੀ ਦਾ ਜੋ ਹੁਕਮ ਹੋਊਗਾ, ਅਕਾਲੀ ਦਲ ਦੇ ਸਮੂਹ ਵਰਕਰ ਸਾਹਿਬਾਨ ਸਾਡੇ ਜਿੰਨੇ ਵੀ ਕਿਸਾਨ ਵੀਰ ਹੈ ਉਹਨਾਂ 'ਤੇ ਫੁੱਲ ਚੜ੍ਹਾ ਕੇ ਅਸੀਂ ਉਹਦੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋਵਾਂਗੇ। ਨਿਊ ਚੰਡੀਗੜ੍ਹ ਏਰੀਏ ਤੋਂ ਸਾਡੇ ਨਾਲ ਇੱਥੇ ਕਿਸਾਨ ਭਰਾ ਹਾਜ਼ਰ ਨੇ, ਪੁੱਛ ਲੈਂਦੇ ਕੀ ਕਹਿਣਾ ਚਾਹੁੰਦੇ ਜੀ ਇਹ ਆਰਡੀਨੈਂਸ ਨੂੰ ਲੈ ਕੇ, ਅਤੇ ਕੀ ਚਾਹੁੰਦੇ ਹੋ ਹੁਣ ਤੁਸੀਂ? ਕਹਿਣਾ ਤਾਂ ਇਹੀ ਹੈ, ਜੋ ਮੋਦੀ ਸਰਕਾਰ ਨੇ ਕਾਲਾ ਕਾਨੂੰਨ ਪਾਸ ਕਰਿਆ ਜੀ, ਇਸ ਨੂੰ ਵਾਪਸ ਲਿਆ ਜਾਵੇ, ਕਿਉਂਕਿ ਇਸ ਕਾਨੂੰਨ ਦੇ ਆਉਣ ਨਾਲ ਕਿਸਾਨ ਤਾਂ ਬਿਲਕੁਲ ਹੀ ਬਰਬਾਦ ਹੋ ਜਾਵੇਗਾ। ਕਿਸਾਨ ਦੇ ਨਾਲ ਨਾਲ ਮਜ਼ਦੂਰ, ਸਾਡੇ ਆੜ੍ਹਤੀ ਵੀਰ ਅਤੇ ਸਾਡੇ ਦੁਕਾਨਦਾਰ, ਸਮਝ ਲਓ ਵੀ ਇਹ ਸਾਰੇ ਹੀ ਗਰੀਬੀ ਦੀ ਕਗਾਰ 'ਤੇ ਆ ਜਾਣਗੇ, ਅਤੇ ਇਹਨਾਂ ਕੋਲ ਰੁਜ਼ਗਾਰ ਕੋਈ ਨਹੀਂ ਬਚੇਗਾ ਜੇ ਸਰਕਾਰ ਨੇ ਇਹ ਕਾਲਾ ਕਾਨੂੰਨ ਲਾਗੂ ਕਰਤਿਆ। ਪਰ ਕਿਸਾਨਾਂ ਦਾ ਜਿਹੜਾ ਰੋਹ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਜਦ ਤੱਕ ਸਰਕਾਰ ਇਹ ਆਪਣਾ ਕਾਲਾ ਕਾਨੂੰਨ ਵਾਪਸ ਨਹੀਂ ਲੈਂਦੀ, ਕਿਉਂਕਿ ਇਹ ਜਿਹੜੇ 3 ਆਰਡੀਨੈਂਸ ਸਰਕਾਰ ਨੇ ਪਾਸ ਕੀਤੇ ਹਨ ਇਹ ਬਹੁਤ ਹੀ ਮਾਰੂ ਹਨ ਕਿਸਾਨਾਂ ਦੇ ਲਈ, ਮਜ਼ਦੂਰਾਂ ਦੇ ਲਈ ਅਤੇ ਸਾਡੇ ਆੜ੍ਹਤੀ ਵੀਰਾਂ ਦੇ ਲਈ। ਹੈਲੋ, ਬਾਈ ਜੀ ਤੈਂ ਦੇਖ ਲਿਆ ਅੱਜ ਵੀ ਲੋਕਾਂ ਵਿੱਚ ਕਿੰਨੀ ਉਤਸ਼ਾਹ ਹੈ, ਸਾਰੇ ਲੋਕ ਤੰਗ ਹੈ, ਐਜੀਟੋ ਵਿੱਚ ਮੇਰੇ ਵਰਗੇ ਸੀ ਸਾਡੇ ਬੁੜੇ ਵੀ ਇੱਥੇ ਬੈਠੇ, ਕਿਉਂ ਦੁੱਖ ਦੇ ਮਾਰੇ ਬੈਠੇ ਹੈਗੇ, ਅਸੀਂ ਖੇਤਾਂ ਵਿੱਚ ਹਲ ਵਾਹ ਵਾ ਗਏ,
फसल तैयार करते साड़ी फसल को धक्के मार मार के सानू रोकते असं बिल्कुल बर्दाश्त नहीं करूंगे जी। जिवें पंजाब पुलिस ने इत्थे बैरीयर दे उत्ते तकरीबन पंजाब दीआं हद्दां सारीआं बंद कीतीआं ने, चंडीगढ़ दे विच एंट्री बंद है, पंजाब च एंट्री चंडीगढ़ तो जे कोई आ रहा उहनूं रोकिआ जा रहा। इस तरह चंडीगढ़ बढ़न लई भी बैरीगेट लाए हुए ने, तुसीं देख सकते हो साडे बैक साइड। इत्थे साडे नाल इकबाल सिंह जी हाजर ने, इन्हां तों पुछ लैंदे आ वी पंजाब च तां मंनदे आ कि पंजाब बंद है, इस करके ਇਹ ਸਾਰੀਆਂ ਹਦਾਇਤਾਂ ਜਾਰੀ ਨੇ। ਤੁਸੀਂ ਚੰਡੀਗੜ੍ਹ ਵਾਸਤੇ ਕੀ ਕਿਉਂ ਲਾਏ ਨੇ ਇਹ ਬੈਰੀਗੇਟ, ਕੀ ਕਹਿਣਾ ਚਾਹੁੰਦੇ ਸਰ? ਇਹ ਕੋਵਿਡ 19-144 ਧਾਰਾ ਲੱਗੀ ਵੀ ਹੈ ਚੰਡੀਗੜ੍ਹ ਵਿੱਚ। ਅੱਛਾ ਜੀ। ਇੱਥੇ ਜਲਸਾ ਤੂੰ ਅਲਾਊਡ ਨਹੀਂ ਹੈ, 20 ਤੋਂ ਵੱਧ ਬੰਦੇ ਇਕੱਠੇ ਹੋਣੇ, ਇਸ ਕਰਕੇ ਰੋਕਣ ਵਾਸਤੇ ਬੈਰੀਗੇਟ ਲਾਏ ਵੀ ਤਾਂ ਕਿ ਅੱਗੇ ਅੰਦਰ ਚੰਡੀਗੜ੍ਹ 'ਚ ਨਾ ਇੰਟਰ ਹੋਣ। ਅੱਛਾ। ਹਾਂਜੀ। ਇਹ ਵਨ ਸਾਈਡ ਤਾਂ ਜਾ ਰਹੇ ਆ, ਵਨ ਸਾਈਡ ਸਕੂਟਰ ਬਿਨਾਂ ਰੈਲੀ ਜਾ ਰਹੇ ਆ ਗੱਡੀਆਂ ਗੁੱਡੀਆਂ, ਮਤਲਬ ਜਿਹੜਾ ਪ੍ਰੋਸੈਸ਼ਨ ਹੈ ਇਸ ਟਾਈਪ ਨਹੀਂ ਜਾਣ ਦਿੱਤਾ ਜਾਂਦਾ। ਮਤਲਬ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ? ਹੁੱਲੜਬਾਜ਼ੀ ਨਹੀਂ ਹੈ ਚੰਡੀਗੜ੍ਹ ਵਿੱਚ। ਅੱਛਾ ਜੀ। ਹਾਂਜੀ। ਤੇ ਜਣੀ ਹੁਣ ਜੋ ਜਿਵੇਂ ਇਹ ਪੰਜਾਬ ਦੇ ਇੱਥੇ ਕਿਸਾਨ ਇਕੱਠੇ ਹੋਏ ਨੇ, ਤੁਹਾਡਾ ਕਹਿਣ ਦਾ ਮਤਲਬ ਹੈ ਇਹਨਾਂ ਤੋਂ ਜੇ ਇਹਨਾਂ ਨੇ ਅੰਦਰ ਤੁਹਾਡੇ ਉੱਧਰ ਐਂਟਰ ਕਰਨਾ ਤਾਂ ਤੁਸੀਂ? ਅਗਰ ਇਹ ਰੈਲੀ ਟਾਈਪ ਜਾਣਗੇ ਅਸੀਂ ਇਹਨਾਂ ਦੀ ਐਂਟਰੀ ਰੋਕਾਂਗੇ ਇੱਥੇ। ਤੇ ਵਿਸ਼ੇਸ਼ ਚੈਕਿੰਗ ਕਿਹੜੀ ਚੀਜ਼ ਦੀ ਹੋ ਰਹੀ ਹੈ ਜੀ? ਵਿਸ਼ੇਸ਼ ਚੈਕਿੰਗ ਇਹਨਾਂ ਦੀ ਹੋ ਰਹੀ ਹੈ ਜਿਹੜੇ ਆਪਣਾ ਰੈਲੀ ਟਾਈਪ ਝੰਡੇ ਵਗੈਰਾ ਲਾਏ ਹੋਏ ਆ। ਅੱਛਾ ਜੀ। ਤੇ ਕਿਸਾਨ ਯੂਨੀਅਨ ਵਗੈਰਾ ਦੇ ਇਹਨਾਂ ਨੂੰ ਰੋਕ ਕੇ ਪੁੱਛਦੇ ਆ ਜੀ, ਅਗਰ ਤੁਸੀਂ ਰੈਲੀ ਚਾਹੇ ਤਾਂ ਆਪਣਾ ਪੰਜਾਬੀ ਜਾ ਕੇ ਕਰੋਗਾ। ਤੋਂ ਵੱਧ ਪ੍ਰਭਾਵਿਤ ਆ ਕਿਉਂਕਿ ਪੰਜਾਬ ਦਾ ਕਿਸਾਨ ਹਰਿਆਣਾ ਹਿਮਾਚਲ ਪੰਜਾਬ ਤੋਂ ਹੀ ਜੁਦੇ ਹੋ ਕੇ ਗਏ ਕਿ ਜਿਹੜੀਆਂ ਮੇਨ ਫਸਲਾਂ ਜਿਹਨਾਂ ਲਈ MSP ਜ਼ਰੂਰੀ ਆ, ਭਾਵੇਂ ਉਹ ਧਾਨ ਆ, ਭਾਵੇਂ ਉਹ ਜੀਰੀ ਆ, ਭਾਵੇਂ ਉਹ ਮੱਕੀ ਆ, ਸਭ ਤੋਂ ਵੱਧ ਫਸਲਾਂ ਪੰਜਾਬ ਦੇ ਵਿੱਚ ਹੁੰਦੀਆਂ, ਇਸ ਕਰਕੇ ਸਭ ਤੋਂ ਵੱਧ ਜਿਹੜਾ ਨੁਕਸਾਨ ਆ ਪੰਜਾਬ ਦਾ ਹੋਏਗਾ। ਥੈਂਕ ਯੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਨੂੰ ਪਤਾ ਹੈ ਵੀ 25 ਸਤੰਬਰ ਹੈਗਾ, ਇਹ 25 ਸਤੰਬਰ ਨੂੰ ਅੱਜ ਜਿੱਥੇ ਪੰਜਾਬ ਬੰਦ ਦਾ ਸੱਦਾ ਕਿਸਾਨ ਯੂਨੀਅਨ ਵੱਲੋਂ ਦਿੱਤਾ ਗਿਆ ਸੀ, ਜਿੱਥੇ ਮੋਦੀ ਸਰਕਾਰ ਵੱਲੋਂ ਇਹ 3 ਆਰਡੀਨੈਂਸ ਦੇ ਬਾਬਤ ਅੱਜ ਇੱਥੇ ਪੰਜਾਬ ਬੰਦ, ਜਿੱਥੇ ਪੰਜਾਬ ਦੇ ਵਿੱਚ ਵੀ ਪੂਰਾ ਤਕਰੀਬਨ ਚੱਕਾ ਜਾਮ ਹੋਇਆ ਹੈ, ਉੱਥੇ ਅੱਜ ਅਸੀਂ ਖੜ੍ਹੇ ਹਾਂ ਖਰੜ ਦੇ ਵਿੱਚ। ਖਰੜ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸਰਦਾਰ ਜਸਪਾਲ ਸਿੰਘ ਜੀ ਨਿਆਮੀਆ ਸਾਹਿਬ, ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ। ਹਾਂਜੀ, ਅੱਜ ਦਾ ਕੀ ਕਹਿਣਾ ਜੀ ਤੁਹਾਡਾ? ਅੱਜ ਅਸੀਂ ਜਿਹੜਾ ਕੇਂਦਰ ਸਰਕਾਰ ਨੇ 3 ਆਰਡੀਨੈਂਸ ਪਾਸ ਕਰੇ ਹੈ, ਉਹਨਾਂ ਦੇ ਬਰਖਿਲਾਫ ਅਸੀਂ ਰੋਸ ਧਰਨਾ ਕਰ ਰਹੇ ਹਾਂ। ਸਾਰੇ ਹੀ ਪੰਜਾਬ ਵਿੱਚ ਚੱਲਦੇ ਰੋਸ ਧਰਨੇ, ਸੜਕ ਜਾਮ, ਬਾਜ਼ਾਰ ਬੰਦ ਹੈ ਸਾਡਾ। ਮੈਂ ਤਾਂ ਇੰਨਾ ਕਹੂੰਗਾ ਵੀ ਸਾਡਾ ਪਬਲਿਕ ਨੇ ਇੰਨਾ ਸਾਥ ਦਿੱਤਾ, ਮਾੜੇ ਜੇ ਉਹ ਤਾਂ ਲੋਕ ਲੰਗਰ ਲੈ ਕੇ ਵੀ ਆਏ ਹੈ, ਥੋੜ ਥੋੜ ਅਤੇ ਲੰਗਰ ਵੀ ਸਾਰਾ, ਲੋਕ ਐਂ ਕਹਿੰਦੇ ਵੀ ਇੰਨੇ ਜਾਗਰੂਕ ਹੋ ਗਏ ਲੋਕ ਵੀ ਤੁਸੀਂ ਇਸ਼ਾਰਾ ਕਰੋ ਵੀ ਅਸੀਂ ਬੰਦਾ ਮਾਰਨੇ ਤੱਕ ਤਿਆਰ ਹੋ ਜਾਵਾਂ। ਜੇ ਇੱਕ ਅਸੀਂ ਇਸ਼ਾਰਾ ਕਰ ਦਈਏ ਵੀ ਹਾਂ ਚਲੋ ਤੁਸੀਂ ਮੋਦੀ ਨੂੰ ਮਾਰਨਾ, ਮੋਦੀ ਨੂੰ ਵੀ ਮਾਰਿਆ ਮੈਂ, ਇੰਨੀ ਲੋਕ ਪਬਲਿਕ ਦੁਖੀ ਹੋ ਗਈ। ਕਿਸਾਨ ਦੇ ਹੱਕ ਵਿੱਚ ਹਰੇਕ ਵਰਗ ਖੜ ਗਿਆ, ਜੇ ਕਿਸਾਨ ਜਿਉਂਦਾ ਤਾਂ ਹਰੇਕ ਵਰਗ ਜਿਉਂਦਾ, ਸਾਰੇ ਵਰਗ ਫੈਲ ਹੋ ਜੂਗੇ, ਦੁਕਾਨਦਾਰ ਫੈਲ ਹੋ ਜੂਗਾ, ਹੋਰ ਆੜ੍ਹਤੀਆ ਫੈਲ ਹੋ ਜੂਗਾ, ਮਜ਼ਦੂਰ ਫੈਲ ਹੋ ਜੂਗਾ, ਕਿਸਾਨੀ ਦੇ ਨਾਲੇ ਹਰੇਕ ਚੀਜ਼ ਜਿਉਂਦਾ। ਸਮਰਥਨ ਕਰਨ ਇਹਦੇ ਬਾਰੇ ਸਾਨੂੰ ਦੱਸੋ। ਮੈਂ ਕਹਿਣਾ ਆ ਕਿ ਇਹ ਸਮਾਂ ਰਾਜਨੀਤੀ ਦਾ ਨਹੀਂ ਹੈਗਾ, ਰਾਜਨੀਤਿਕ ਪਾਰਟੀਆਂ ਨੂੰ ਆਪਣੇ ਝੰਡੇ ਲਾ ਕੇ, ਕਿਸਾਨਾਂ ਦੇ ਝੰਡੇ ਫੜ ਕੇ ਜਾਂ ਕਾਲੀਆਂ ਝੰਡੀਆਂ ਫੜ ਕੇ ਮੈਦਾਨ ਦੇ ਵਿੱਚ ਆਉਣਾ ਚਾਹੀਦਾ, ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ, ਪਹਿਲੀ ਗੱਲ। ਦੂਸਰੀ ਗੱਲ ਕਿ ਅੱਜ ਜਿਹੜਾ ਸਮਾਂ ਹੈ ਇਹ ਮਹਾਮਾਰੀ ਦਾ ਸਮਾਂ ਸੀ, ਸਰਕਾਰ ਨੂੰ ਇਹੋ ਜਿਹੇ ਮੌਕੇ ਇਹੋ ਜਿਹੇ ਬਿੱਲ ਨਹੀਂ ਲਿਆਉਣੇ ਚਾਹੀਦੇ ਸੀ। ਜਦ ਸਾਡੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ, ਹਾਈ ਕੋਰਟ ਦੇ ਜੱਜ ਨੇ, ਉਹ ਤਾਂ ਕਮਰਿਆਂ 'ਚ ਬੰਦ ਹੋ ਕੇ ਲੋਕਾਂ ਨਾਲ ਗੱਲਾਂ ਕਰ ਰਹੇ ਨੇ ਇੰਟਰਨੈਟ 'ਤੇ, ਆਹ ਕਿਸਾਨ ਵਿਚਾਰੇ ਜਿਹੜੇ ਨੇ ਸੜਕਾਂ 'ਤੇ ਲਿਆਤੇ, ਲੋਕਾਂ ਦੀਆਂ ਕਚਹਿਰੀਆਂ ਸੜਕਾਂ 'ਤੇ ਲੱਗ ਗਈਆਂ, ਇਹ ਮੰਦਭਾਗੀ ਗੱਲ ਹੈ, ਸਰਕਾਰ ਨੂੰ ਸਮਾਂ ਵਿਚਾਰਨਾ ਚਾਹੀਦਾ ਸੀ। ਦੂਸਰਾ ਇਹੋ ਜਿਹਾ ਕਿਸਾਨ ਮਾਰੂ ਬਿੱਲ ਜਿਹੜਾ ਹੈ ਵਾਪਸ ਲੈਣਾ ਚਾਹੀਦਾ, ਕਿਸਾਨ ਦੇਸ਼ ਦਾ ਅੰਨਦਾਤਾ ਹੈ, ਰੀੜ੍ਹ ਦੀ ਹੱਡੀ ਹੈ। ਅਸੀਂ ਡਾਕਟਰ ਐਸੋਸੀਏਸ਼ਨ ਵੱਲੋਂ ਔਰ ਸਾਡੇ ਸ਼ਿਵਜੋਤ ਰੈਜੀਡੈਂਟ ਐਸੋਸੀਏਸ਼ਨ ਵੱਲੋਂ, ਗੁਰੂ ਤੇਗ ਬਹਾਦਰ ਜਿਹੜੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ, ਅਸੀਂ ਸਾਰੇ ਖਰੜ ਨਿਵਾਸੀ ਇੱਥੇ ਇਕੱਠੇ ਹੋਏ ਹਾਂ ਔਰ ਕਿਸਾਨ ਯੂਨੀਅਨ ਦਾ ਸਾਥ ਦੇ ਰਹੇ ਹਾਂ। ਖਾਲਸਾ TV ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਪ੍ਰੀਤ ਸਿੰਘ ਕੰਗ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਟਾਈਮ ਅਸੀਂ ਖੜ੍ਹੇ ਹਾਂ ਸ਼ਹਿਰ ਰੂਪਨਗਰ ਦੇ ਵਿੱਚ, ਪੁਲ ਬਾਜ਼ਾਰ ਬਾਬਾ ਬੀਰ ਮਹਾਰਾਜ ਜੀ ਦੇ ਡੇਰੇ ਦੇ ਸਾਹਮਣੇ, ਅਤੇ ਤੁਸੀਂ ਦੇਖ ਰਹੇ ਹੋ ਕਿ ਸਾਰੇ ਦੁਕਾਨਾਂ ਬੰਦ ਨੇ, ਟੋਟਲੀ ਬਾਜ਼ਾਰ ਬੰਦ ਹੈ।
ਆਪਾਂ ਇਹਨਾਂ ਨਾਲ ਵੀ ਅੱਜ ਦੇ ਧਰਨੇ ਬਾਰੇ ਵੀ ਵਿਚਾਰ ਕਰਾਂਗੇ ਅਤੇ ਕੀ ਅੱਜ ਦਾ ਪ੍ਰੋਗਰਾਮ ਹੈ। ਹਾਂਜੀ ਆਪਣਾ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਦਾ? ਮੈਂ ਪ੍ਰਗਟ ਸਿੰਘ ਹਲੋ ਮਾਜਰਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਮੈਂ ਜ਼ਿਲ੍ਹਾ ਜੱਜ ਸਰਪ੍ਰਸਤ ਹੈ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਥਰੂ ਆਊਟ ਪੰਜਾਬ, ਅਸੀਂ ਰੇਲਾਂ ਰੋਕੀਆਂ, ਅੱਜ ਟੋਟਲ ਟ੍ਰੈਫਿਕ ਰੋਕੀ ਹੈ, ਪੰਜਾਬ ਬੰਦ ਕੀਤਾ। ਇਹਦੇ ਰੋਸ ਵਜੋਂ ਕਿ ਜਿਹੜੇ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਹੈ ਉਹਨਾਂ ਨੂੰ ਲਾਗੂ ਨਾ ਕਰੇ, ਕਿਉਂਕਿ ਜੇ ਉਹ ਲਾਗੂ ਹੋ ਜਾਂਦੇ ਹੈ ਤਾਂ ਪੰਜਾਬ ਦੀ ਖੇਤੀ ਖਤਮ ਹੈ, ਪੰਜਾਬ ਦੀ ਇੰਡਸਟਰੀ ਖਤਮ ਹੈ, ਪੰਜਾਬ ਦਾ ਵਪਾਰ ਖਤਮ ਹੈ, ਪੰਜਾਬ ਦਾ ਸਾਰੇ ਕੁਛ ਖਤਮ ਹੈ। ਅਗਰ ਉਹ ਕਾਨੂੰਨ ਲਾਗੂ ਹੋ ਜਾਂਦੇ ਤਾਂ ਸਿਰਫ ਵਪਾਰੀ ਵੱਡਿਆਂ ਨੂੰ ਫਾਇਦਾ ਹੋਊਗਾ, ਜਿਹੜਾ ਕਿ ਅਸੀਂ ਨਹੀਂ ਹੋਣ ਦੇਣਾ। ਹਾਂਜੀ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਗਦੀਸ਼ ਲਾਲ ਜੀ ਨਾਲ, ਜਿਨ੍ਹਾਂ 'ਤੇ ਤੁਸੀਂ ਦੇਖ ਰਹੇ ਹਾਂ ਕਿ ਇਹਨਾਂ ਨੇ ਇੱਕ ਤਖਤੀ ਪਾਈ ਹੈ ਜਿਹਦੇ 'ਤੇ ਲਿਖਿਆ ਕਿਸਾਨ ਏਕਤਾ ਜਿੰਦਾਬਾਦ, ਅਤੇ ਇਹਨਾਂ ਨੇ ਹਰ ਲੈਂਗੁਏਜ਼ ਨੂੰ ਯੂਜ਼ ਕਰਿਆ। ਸੋ ਅਸੀਂ ਇਹਨਾਂ ਦੇ ਵਿਚਾਰ ਸੁਣਦੇ ਹਾਂ। ਹਾਂਜੀ ਕੀ ਵਿਚਾਰ ਨੇ ਤੁਹਾਡੇ? ਅੱਜ ਜਿਹੜਾ 25 ਦਾ ਭਾਰਤ ਬੰਦ ਹੈ ਜੀ, ਉਹ ਜੋ ਮੋਦੀ ਸਰਕਾਰ ਨੇ 3 ਬਿੱਲ ਲਿਆਂਦੇ ਹੈ ਉਹ ਕਿਸਾਨ ਮਾਰੂ ਹੈ ਜੀ। ਦੇਸ਼ ਨੂੰ ਗੁਲਾਮ ਕਰਨ ਵਾਲਾ ਹੈ ਕਿਸਾਨਾਂ ਦੀ ਲੁੱਟ ਦਾ ਖੁੱਲ੍ਹੀ ਮੰਡੀ ਦੇ ਵਿੱਚ ਕਰਨ ਵਾਸਤੇ ਜੀ। ਉਹਦੇ ਖਿਲਾਫ਼ ਪੰਜਾਬ ਦੇ ਕਿਸਾਨ ਪਿਛਲੇ 3 ਮਹੀਨਿਆਂ ਤੋਂ ਜਾਗੇ ਹੋਏ ਹੈ ਜੀ, ਜਿਹਦੇ ਕਰਕੇ ਮੋਦੀ ਸਰਕਾਰ ਦੀ ਨੀਂਦ ਉੱਡੀ ਹੋਈ ਹੈ ਜੀ, ਅਤੇ ਇਸ ਪੰਜਾਬ ਬੰਦ ਨੂੰ ਜੀ ਕਿਸਾਨਾਂ ਦੀਆਂ ਦੇਸ਼ ਭਰ ਦੀਆਂ 250 ਜਥੇਬੰਦੀਆਂ ਜੀ ਉਹਨਾਂ ਦਾ ਸਮਰਥਨ ਪ੍ਰਾਪਤ ਹੈ। ਆਪਣੇ ਆਪ ਨੂੰ ਜਾਗਰੂਕ ਕਰੋ, ਸਮਝਦਾਰ ਹਿੱਸਾ ਬਣਾਓ ਆਪਣੀ ਦਾ ਵੀ ਸਾਡੇ ਹੱਕ। ਹਾਂਜੀ ਹੁਣ ਅਸੀਂ ਆਏ ਹਾਂ ਰੋਪੜ ਰੋਡ ਚੰਡੀਗੜ੍ਹ 'ਤੇ ਪਿੰਡ ਲਖਨੌਰ, ਇੱਥੇ ਜਿਹੜੇ 3 ਆਰਡੀਨੈਂਸ ਸਰਕਾਰ ਵੱਲੋਂ ਪਾਸ ਕੀਤੇ ਗਏ ਹੈ ਉਹਨਾਂ ਦੇ ਵਿਰੁੱਧ ਵਿੱਚ ਧਰਨਾ ਕਿਸਾਨ ਜਥੇਬੰਦੀਆਂ ਵੱਲੋਂ, ਅਤੇ ਅਸੀਂ ਇੱਥੇ ਆਏ ਹਾਂ ਅਤੇ ਅਸੀਂ ਗੱਲ ਕਰਦੇ ਹਾਂ ਕਿਸਾਨ ਵੀਰਾਂ ਦੇ ਨਾਲ। ਅੱਜ ਦੇ ਧਰਨੇ ਦੇ ਵਿੱਚ ਸਿਆਸੀ ਪਾਰਟੀਆਂ ਅਲੱਗ ਅਲੱਗ ਧਰਨੇ ਲਾ ਰਹੀਆਂ ਨੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਾਈ ਜੀ ਦੇਖੋ ਇਹ ਗੱਲ ਇੱਕ ਸਾਹਿਬ ਜੀ ਤੁਹਾਨੂੰ ਸਾਰਿਆਂ ਨੂੰ ਪਤਾ, ਕਿਉਂਕਿ ਬੱਚਾ ਜਾਣਦਾ ਸੋਸ਼ਲ ਮੀਡੀਆ 'ਤੇ, ਸਾਰੇ ਅਵੇਅਰ ਨੇ ਬਹੁਤ ਜ਼ਿਆਦਾ ਹੁਣ, ਇਹ ਸਾਰੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਆ ਰਹੇ ਆ ਇੱਥੇ, ਹੈ ਨਾ। ਅਤੇ ਮੈਂ ਚਾਹੁੰਦਾ ਵੀ ਮੈਂ ਕਿ ਪੰਜਾਬ ਦਾ ਹਰ ਕੋਈ ਬੱਚਾ ਇੱਕ ਗੱਲ ਚਾਹੁੰਦਾ ਕਿ ਵੀ ਇਹ ਸਾਰੇ ਇੱਕ ਮੰਚ 'ਤੇ ਇਕੱਠੇ ਹੋ ਕੇ ਜਿਹੜੇ ਇਹ ਬਿੱਲ ਇਹਨਾਂ ਨੇ ਪਾਸ ਕੀਤੇ ਸੈਂਟਰ ਸਰਕਾਰ ਨੇ, ਉਹਨਾਂ ਦਾ ਵਿਰੋਧ ਕਰਨ। ਬਿਲਕੁਲ ਇਹ ਸੰਘਰਸ਼ ਨੂੰ ਦੂਜੇ ਪਾਸੇ ਲੈ ਕੇ ਜਾ ਰਹੇ ਹਾਂ, ਇਹਨਾਂ ਦੀ ਸਾਰਿਆਂ ਦੀ ਇੱਕ ਆ ਗੱਲਬਾਤ ਜਿੱਦਾਂ ਵੀ ਹੈਗੀ ਆ। ਮੈਂ ਤਾਂ ਇੱਕ ਨੌਜਵਾਨਾਂ ਨੂੰ ਵੀ ਅੱਜ ਮੈਂ ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਦੇਖ ਕੇ, ਮੇਰੇ ਨੌਜਵਾਨ ਵੀਰ ਸਾਰੇ ਸਾਡੇ ਛੋਟੇ ਜਿਹੇ ਸੱਦੇ 'ਤੇ, ਮੈਂ ਪਰਸੋਂ ਇੱਕ ਪੋਸਟ ਪਾਈ ਸੀ ਆਪਣੇ ਅਕਾਊਂਟ ਤੋਂ, ਅਤੇ ਛੋਟੇ ਸੱਦੇ ਤੋਂ ਬਹੁਤ ਵੱਡੀ ਗਿਣਤੀ 'ਚ ਮੇਰੇ ਨਾਲ ਹਾਜ਼ਰ ਹੋਇਆ, ਮੈਂ ਬਹੁਤ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆ। ਹੁਣ ਸਾਡਾ ਪਹਿਲਾਂ ਜੀਰੀ ਦਾ ਰੇਟ 1800 ਸੀ, ਜੇ ਉਹੀ ਰੇਟ ਅੱਜ ਸਾਡੀ ਜੀਰੀ ਵਪਾਰੀ ਚੱਕਣਗੇ ਤਾਂ ਉਹਨਾਂ ਨੇ ਆਪਣਾ ਮਨ ਮਰਜ਼ੀ ਦਾ ਰੇਟ ਲਾਉਣਾ ਹੈ, ਅਤੇ ਐਵੇਂ ਸਾਡੇ ਕਿਸਾਨ ਭਰਾ ਪਹਿਲਾਂ ਹੀ ਬਹੁਤ ਫਾਹੇ ਲੈ ਰਹੇ ਹਾਂ, ਅਤੇ ਅੱਗੇ ਨੂੰ ਕਿਸਾਨੀ ਤਾਂ ਜਮਾਂ ਹੀ ਖਤਮ ਹੋ ਜੂ, ਇਕੱਲੀ ਕਿਸਾਨੀ ਖਤਮ ਨਹੀਂ ਹੋਊਗੀ, ਸਾਰਾ ਆਉਣ ਵਾਲਾ ਦੇਸ਼ ਦਾ ਭਵਿੱਖ ਖਤਮ ਹੋ ਰਿਹਾ ਹੈ। ਇਸ ਕਰਕੇ ਮੇਰੀ ਸਰਕਾਰ ਨੂੰ ਬੇਨਤੀ ਹੈ ਇਹ ਜਿਹੜੇ ਬਿੱਲ ਆ ਇਹ ਵਾਪਸ ਲੈਣੇ ਚਾਹੀਦੇ ਆ, ਤਾਂ ਜੋ ਸਾਡੇ ਦੇਸ਼ ਦੀ ਕਿਸਾਨੀ ਬਚ ਸਕੇ ਅਤੇ ਦੇਸ਼ ਦਾ ਭਵਿੱਖ ਚੰਗਾ ਹੋ ਸਕੇ। ਸਾਡੇ ਨੌਜਵਾਨ ਸਾਥੀ ਵੀਰ, ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਕਾਂਗਰਸ ਅਤੇ ਅਕਾਲੀਆਂ ਬਾਰੇ? ਬਾਈ ਜੀ ਪਿਛਲੇ 70 ਸਾਲ ਤੋਂ ਅਸੀਂ ਦੋਨੇ ਪਾਰਟੀਆਂ ਦੀ ਹਮਾਇਤ ਕਰਦੇ ਆ ਰਹੇ ਹਾਂ, ਪਰ ਅੱਜ ਅਸੀਂ ਪਿੰਡ ਲਖਨੌਰ ਦੇ ਅੱਡੇ 'ਤੇ ਧਰਨਾ ਲਾਇਆ ਸੀ ਅਤੇ ਅਕਾਲੀ ਅਤੇ ਕਾਂਗਰਸ ਦੀਆਂ ਸਾਨੂੰ ਪਹੁੰਚਣਾ ਚਾਹੀਦਾ ਸੀ, ਅਤੇ ਅਕਾਲੀ ਕੁਰਾਲੀ ਅੱਡੇ 'ਤੇ ਧਰਨਾ ਲਾਈ ਬੈਠੇ ਨੇ ਤਾਂ ਕਿ ਉਰੇ ਇਕੱਠ ਨਾ ਹੋ ਸਕੇ ਸਾਡੇ ਧਰਨੇ ਦੇ, ਧਰਨੇ ਦਾ ਹਾਂਜੀ ਧਰਨਾ ਫੇਲ ਕਰਨ ਦੇ ਲਈ, ਅਤੇ ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਅਸੀਂ ਜਦੋਂ ਹੁਣ ਪਿੰਡਾਂ ਵਿੱਚ ਵੜਨਗੇ ਸਾਡੇ ਪਿੰਡ ਵਿੱਚ, ਅਸੀਂ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾਵੇਗਾ, ਅਤੇ ਉਹਨਾਂ ਨੂੰ ਪੁੱਛਿਆ ਜਾਵੇਗਾ ਕਿ ਤੁਸੀਂ ਜਿਸ ਦਿਨ ਅਸੀਂ ਧਰਨਾ ਲਾਇਆ ਸੀ ਤੁਸੀਂ ਉਸ ਦਿਨ ਕਿੱਥੇ ਸੀ? ਹਾਂ ਜਿੱਥੇ ਜਿੱਦਣ ਸਾਨੂੰ ਲੋੜ ਸੀ ਅਸੀਂ ਧਰਨਾ ਲਾਇਆ ਸੀ, ਉਦੋਂ ਤੁਸੀਂ ਕਿਉਂ ਨਹੀਂ ਸਾਡੇ ਧਰਨੇ 'ਤੇ ਪਹੁੰਚੇ? ਕੇਂਦਰ ਦੀ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਹਾਏ ਅਸੀਂ ਮੌਜੂਦ ਹਾਂ ਜੀ ਇਸ ਟਾਈਮ ਮਾਜਰਾ ਟੀ ਪੁਆਇੰਟ ਨੇੜੇ ਬਿਜਲੀ ਗ੍ਰਿਡ ਦੇ ਵਿੱਚ, ਜਿੱਥੇ ਸੈਂਟਰ ਸਰਕਾਰ ਵੱਲੋਂ ਜੋ ਆਰਡੀਨੈਂਸ ਪਾਸ ਕੀਤੇ ਗਏ ਨੇ, ਤਿੰਨ ਬਿੱਲ ਪਾਸ ਕੀਤੇ ਗਏ ਨੇ, ਉਹਨਾਂ ਨੂੰ ਲੈ ਕੇ ਇਹਨਾਂ ਮੁਲਾਜ਼ਮਾਂ ਵਿੱਚ ਵੀ ਰੋਸ ਹੈ, ਪੁੱਛ ਲੈਂਦੇ ਹਾਂ ਇਹਨਾਂ ਦਾ ਕੀ ਕਹਿਣਾ ਹੈ, ਕੀ ਕਹਿਣਾ ਚਾਹੁੰਦੇ ਜੀ ਤੁਸੀਂ ਜੋ ਅੱਜ ਆਲ ਪੰਜਾਬ ਦੇ ਵਿੱਚ ਆਰਡੀਨੈਂਸਾਂ ਨੂੰ ਲੈ ਕੇ ਧਰਨੇ ਮੁਜ਼ਾਹਰੇ ਹੋ ਰਹੇ ਨੇ, ਤੁਹਾਡੇ ਵੱਲੋਂ ਵੀ ਨਿਮਾਣੀ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਥ ਦੇਣ ਦੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅੱਜ ਅਸੀਂ ਕੇਂਦਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਦੀਆਂ ਜਿਹੜੀਆਂ ਆਰਥਿਕ ਮਾਰੂ ਨੀਤੀਆਂ ਹੈ, ਜਿਵੇਂ ਕੇਂਦਰ ਦੀ ਸਰਕਾਰ ਨੇ ਅੱਜ 3 ਬਿੱਲ ਕੀਤੇ ਹੈ, ਇੱਕ ਖੇਤੀ ਦਾ ਮੰਡੀਕਰਨ ਜਿਹੜਾ ਪ੍ਰਾਈਵੇਟ ਸੈਕਟਰ ਵਾਸਤੇ ਖੋਲ੍ਹਣਾ, ਅਤੇ ਬਿਜਲੀ ਐਕਟ 2003 ਨੂੰ ਭੰਨ ਕੇ ਦੁਬਾਰਾ ਬਿਜਲੀ ਐਕਟ 2000
ਪਾਰਟੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਜਿੱਥੇ ਖੇਤੀ ਦੇ ਸੈਕਟਰ ਜਿਹੜਾ ਬਿੱਲ ਪਾਸ ਕੀਤਾ ਜਾ ਰਿਹਾ, ਅੱਜ ਸਾਡਾ ਸਮੁੱਚਾ ਜਿਹੜਾ ਕਿਸਾਨ ਹੈ ਪਹਿਲੇ ਹੀ ਮੰਦੀ ਦੀ ਮਾਰ ਹੇਠ ਆਇਆ ਹੋਇਆ, ਉਹ ਬਿੱਲ ਪਾਸ ਹੋਣ ਦੇ ਨਾਲ ਸਾਡੇ ਜਿਹੜੀਆਂ ਖੇਤੀ ਦੀਆਂ ਜਿਣਸਾਂ ਹੈ ਅੱਜ ਘੱਟੋ ਘੱਟ 23 ਜਿਣਸਾਂ ਦਾ ਜਿਹੜਾ MSP ਮਿਲਦਾ ਕੇਂਦਰ ਦੀ ਸਰਕਾਰ ਵੱਲੋਂ, ਪਰ ਅੱਜ ਸਿਰਫ 3 ਫਸਲਾਂ ਜਿਹੜੀਆਂ ਕੇਂਦਰ ਸਰਕਾਰ ਆਪਣੇ ਉਹ ਸਰਕਾਰੀ ਰੇਟਾਂ ਦੇ ਚੱਕ ਰਹੀ ਹੈ, ਬਾਕੀ ਫਸਲਾਂ ਪਰ ਵੀ ਸਾਡੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਜੇ ਅੱਜ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਤਾਂ ਉਹਦੇ ਨਾਲ ਮਜ਼ਦੂਰਾਂ ਦੀ ਵੀ ਲੁੱਟ ਹੋ ਰਹੀ ਹੈ। ਇਸੇ ਤਰ੍ਹਾਂ ਹੀ ਬਿਜਲੀ ਐਕਟ ਜਿਹੜਾ 2020 ਪਾਸ ਕੀਤਾ ਹੁਣ ਸਰਕਾਰ ਨੇ, ਉਹਦੇ ਨਾਲ ਸਮੁੱਚਾ ਬਿਜਲੀ ਬੋਰਡ ਦਾ ਜਿਹੜਾ ਸਰਕਾਰੀ ਕਰਨ ਦਾ ਨਿੱਜੀਕਰਨ ਕਰਕੇ ਭੋਗ ਪਾਇਆ ਜਾ ਰਿਹਾ, ਜਿਹੜੀਆਂ ਉਹਦੇ 'ਚ ਸਾਨੂੰ ਕੁਛ ਆਰਥਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਮੁਲਾਜ਼ਮਾਂ ਨੂੰ ਅਤੇ ਲੋਕਾਂ ਨੂੰ, ਜਿਵੇਂ ਗਰੀਬ ਲੋਕਾਂ ਨੂੰ 200 ਯੂਨਿਟ ਬਿਜਲੀ ਦੀ ਮਾਫੀ ਦਿੱਤੀ ਜਾ ਰਹੀ ਹੈ, ਉਹ ਵੀ ਬੰਦ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਜਿਹੜੀ ਖੇਤੀ ਸੈਕਟਰ ਵਾਸਤੇ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਉਹ ਵੀ ਖਤਮ ਕੀਤੀ ਜਾ ਰਹੀ ਹੈ। ਇਹਦੇ ਨਾਲ ਜਿਹੜਾ ਕਿਸਾਨੀ ਹੈ ਜਿਹੜਾ ਕਿੱਤਾ ਹੈ ਹੋਰ ਜਿਹੜਾ ਫੇਲ ਹੋਣ ਵੱਲ ਮੰਦੀ ਵੱਲ ਜਾਏਗਾ। ਇਸੇ ਤਰ੍ਹਾਂ ਜਿਹੜਾ ਜਦੋਂ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਾਸਤੇ ਸਰਕਾਰ ਨੂੰ ਆਪਣਾ ਲਾਗੂ ਕਰਨਾ ਤਾਂ ਲੋਕਾਂ ਦੇ ਵਿੱਚ ਰੋਹ ਉੱਠਣਾ ਹੈ, ਤਾਂ ਉਹਨਾਂ ਨੇ ਕਿਰਤ ਕਾਨੂੰਨਾਂ ਦੇ ਵਿੱਚ ਵੀ ਜਿਹੜੀ ਛਾਂਕ ਤਰਾਸ਼ ਕੀਤੀ ਹੈ, ਜਿਹਦੇ ਨਾਲ ਜਿਵੇਂ ਅੱਜ ਅਸੀਂ ਇੱਥੇ ਧਰਨੇ 'ਤੇ ਬੈਠੇ ਹਾਂ ਤਾਂ ਉਹਨਾਂ ਕਿਰਤ ਕਾਨੂੰਨਾਂ ਛਾਂਕ ਤਰਾਸ਼ ਕਰਕੇ ਕਾਰੋਬਟਿਕਰਾਂ ਨੇ ਪੱਖੀ ਬਣਾਇਆ ਵੀ ਅਸੀਂ ਹੜਤਾਲਾਂ ਮੁਜ਼ਾਹਰੇ ਜਿਹੜੇ ਸਾਡੇ ਕਿਸਾਨਾਂ ਦੇ ਵੀ ਹੈ ਉਹ ਸਾਰੇ ਹੱਕ ਖੋਏ ਜਾ ਰਹੇ ਹਾਂ। ਇਸ ਕਰਕੇ ਅਸੀਂ ਇਹਨਾਂ 3 ਆਰਡੀਨੈਂਸਾਂ ਦੇ ਖਿਲਾਫ ਆਪਣੀ ਸਟੇਟ ਕਮੇਟੀਆਂ ਦੇ ਸੱਦੇ 'ਤੇ ਅੱਜ ਇੱਥੇ ਕੇਂਦਰ ਸਰਕਾਰ ਦੀ ਅਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਆਲੂ ਵਾਲੇ ਕਮੇਟੀਆਂ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਪੰਜਾਬ ਦੇ ਵਿੱਚ ਬਿਜਲੀ ਬੋਰਡ ਦੇ ਅੰਦਰ ਇਕੱਲੇ ਅਦਾਰੇ ਦੇ ਅੰਦਰ 40,000 ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਅਤੇ ਇਸ ਤਰ੍ਹਾਂ ਹੀ ਜਲ ਸਰੋਤ ਦੇ ਵਿੱਚ 8,800 ਪੋਸਟਾਂ ਖਤਮ ਕੀਤੀਆਂ ਜਾ ਰਹੀਆਂ। ਉਹਨਾਂ ਕੇਂਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਇੱਥੇ ਅਸੀਂ ਅਰਥੀ ਉਹਨਾਂ ਦੋਨਾਂ ਸਰਕਾਰਾਂ ਦੀ ਫੂਕ ਰਹੇ। ਕੇਂਦਰ ਸਰਕਾਰ ਅਤੇ ਉਸਦੇ ਭਾਈ ਵਾਲਾਂ ਨੂੰ ਸਮਝ ਲੈਣਾ ਚਾਹੀਦਾ ਕਿ ਅੱਜ ਨੌਜਵਾਨ ਵਰਗ ਜੋ ਕਿਸਾਨੀ ਨਾਲ ਜੁੜਿਆ ਹੋਇਆ, ਕਿਤੇ ਤੁਸੀਂ ਇਹ ਸਮਝਦੇ ਹੋਵੋ ਕਿ ਅਸੀਂ ਡਰੱਗ ਫੈਲਾ ਕੇ ਕਿਤੇ ਨੌਜਵਾਨੀ ਤਬਾਹ ਕਰ ਦਿੱਤੀ ਹੈ। ਅੱਜ ਉਹ ਜਾਗਦੇ ਨੇ, ਜਿਉਂਦੇ ਨੇ ਅਤੇ ਅੱਜ ਵੀ ਉਹ ਸੜਕਾਂ 'ਤੇ ਬੈਠ ਕੇ ਤੁਹਾਡੀਆਂ ਮਕਾਨਾਂ ਦੇ ਰਹੇ ਨੇ ਅਤੇ ਅੱਜ ਉਹਨਾਂ ਵਿੱਚ ਜੋ ਜੋਸ਼ ਹੈ ਬਰਕਰਾਰ ਹੈ। ਹੁਣ ਵੀ ਇਹਨਾਂ ਨੌਜਵਾਨਾਂ ਦਾ ਕਹਿਣਾ ਕਿ ਮੋਦੀ ਸਮਝ ਜਾਵੇ, ਨਹੀਂ 2022 ਦੇ ਵਿੱਚ ਆਪਣਾ ਫਲ ਭੁਗਤਣ ਲਈ ਤਿਆਰ ਹੋਵੇ। ਕੀ ਕਹਿਣਾ ਜੀ ਤੁਹਾਡਾ? ਆਪਣਾ ਕਹਿਣਾ ਜੀ, ਹਰਿਆਣਾ ਅਤੇ ਪੰਜਾਬ ਦੋਨੋਂ ਭਾਈ ਭਾਈ ਹੈ। ਦੇਖੋ, ਆਪਾਂ ਨੂੰ ਆਪਸ ਵਿੱਚ ਲੜਾਇਆ ਜਾਂਦਾ ਪਾਣੀ ਦੇ ਮਾਮਲਿਆਂ ਵਿੱਚ, ਮਾਰਕੰਡਾ, ਡਾਂਗਰੀ, ਘੱਗਰ, ਇਹ ਪੰਜਾਬ ਦਾ ਵੀ ਨੁਕਸਾਨ ਕਰ ਰਹੀਆਂ ਜਾ ਕੇ। ਇਹਨਾਂ ਪਰ ਬੰਨ ਲਾਉਣੇ ਬਾਰੇ ਕੋਈ ਨਹੀਂ ਕਹਿ ਰਿਹਾ ਹੈ, SVL ਕੱਢ ਦਿਉ, SVL ਕੱਢ ਦਿਉ। ਪੰਜਾਬ ਪਤਾ ਆਪਣੀ ਪਾਣੀ ਨਹੀਂ ਪੂਰਾ ਹੁੰਦਾ, ਇਹ ਸਾਨੂੰ ਆਪਸ ਵਿੱਚ ਲੜਾ ਰਹੇ ਦੋਵੇਂ ਮੰਤਰੀ, ਦੋਨੋਂ ਪਾਸੇ ਦੇ, ਪੰਜਾਬ ਦੇ ਵੀ ਔਰ ਹਰਿਆਣੇ ਦੇ ਵੀ। ਹੋਰ ਕੁਛ ਨਹੀਂ ਹੈ ਇਹਨਾਂ ਕੋਲ, ਅਸੀਂ ਤਾਂ ਸਮਝ ਵੀ ਆਪਣਾ ਕਿਸਾਨ ਏਕਤਾ ਰੱਖਣੀ ਹੈ, ਅਸੀਂ ਨਹੀਂ ਕਿਸਾਨ ਵਿਰੋਧੀ ਬਿੱਲ ਪਾਸ ਹੋਣ ਦੇਣਾ, ਜੋ ਮਰਜ਼ੀ ਹੋਏ ਚਾਹੇ ਸਾਡੀ ਜਾਨ ਚਲੇ ਜਾਵੇ, ਸਾਰੇ ਅਸੀਂ ਇੱਕ ਹੈ। ਇੱਕ ਹੋਰ ਬਿਆਨ ਦੇਣਾ ਚਾਹੁੰਦੇ ਜੀ, ਮੋਦੀ ਨੇ ਜਿਹੜਾ ਵੀ ਆ ਕਰਿਆ ਪੰਜਾਬ ਹਰਿਆਣੇ ਵਿੱਚ ਕਰਿਆ ਜੀ, ਆਹ ਆਪਣਾ ਗੁਜਰਾਤ ਵਿੱਚ ਕਰੇ ਜੀ, ਉੱਥੇ ਪਾਸ ਹੁੰਦਾ ਤਾਂ ਪੰਜਾਬ ਹਰਿਆਣੇ ਵਿੱਚ ਪਾਸ ਕਰੇ ਆਹ, ਠੀਕ ਹੈ ਜੀ। ਬਾਕੀ ਇਹਨੇ ਸੱਤੇ ਪਾਣੀ ਵੀ ਖੋਇਆ, ਠੀਕ ਹੈ ਜੀ, ਪਾਣੀ ਖੋਇਆ, ਬਿਜਲੀ ਖੋ ਲਈ ਇਹਨੇ ਸੱਤੇ, ਹੁਣ ਸੱਤੇ ਖੇਤੀ ਵੀ ਹੋਣੀ ਖੁੰਦਾ ਆਹ, 2-2.5 ਕਿੱਲੇ ਦਾ ਸਾਡੇ ਵਰਗ ਕਿਆ ਕਰੂਗਾ ਜੀ। ਅਸੀਂ SVL ਕੱਢੀ ਇਹਨੇ ਹਰਿਆਣੇ ਨੂੰ, ਕਹਤੇ ਕੱਢੀ ਹੈ, ਉਰੇ ਪੰਜਾਬ ਵਾਲਾ ਭੁੱਖਾ ਮਰਦਾ, ਡੂੰਘੇ ਬੋਰ ਅਸੀਂ ਕਿੱਥੇ ਕਰੂੰਗੇ, 2-2.5 ਕਿੱਲੇ ਕਿੱਥੇ ਬੋਰ ਕਰਾ ਲੂੰਗੇ ਜੀ? ਅਸੀਂ 2-2.5 ਕਿੱਲੇ ਬੋਰ ਨਹੀਂ ਕਰਾ ਸਕਦੇ ਜੀ। ਆਰਡੀਨੈਂਸ ਬਿੱਲ ਨੂੰ ਲੈ ਕੇ ਥਾਂ ਥਾਂ 'ਤੇ ਅੱਜ ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਜਾਰੀ ਨੇ, ਕਿਤੇ ਨਾ ਕਿਤੇ ਬਹੁਤ ਹੀ ਮਹਾਨ ਸ਼ਖਸੀਅਤਾਂ ਪਹੁੰਚ ਕੇ ਇਸ ਧਰਨੇ ਨੂੰ ਹੱਲਾਸ਼ੇਰੀ ਦੇ ਰਹੀ ਨੇ। ਇਸੇ ਤਰ੍ਹਾਂ ਬਲਾਕ ਮਾਜਰੀ ਦੇ ਵਿੱਚ ਸਾਡੇ ਵਿੱਚ ਪਹੁੰਚੇ ਨੇ ਇਸ ਧਰਨੇ ਦੇ ਵਿੱਚ ਰਤਵਾੜਾ ਸਾਹਿਬ ਤੋਂ ਬਾਬਾ ਸੁਖਵਿੰਦਰ ਸਿੰਘ ਜੀ, ਇਹਨਾਂ ਦੀ ਹਾਜ਼ਰੀ ਅਸੀਂ ਕਬੂਲ ਕਰਦੇ ਹਾਂ ਇਸ ਧਰਨੇ ਦੇ ਵਿੱਚ, ਅਤੇ ਪੁੱਛਦੇ ਹਾਂ ਕਿ ਆਰਡੀਨੈਂਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਜੀ? ਕੀ ਕਹਿਣਾ ਬਾਬਾ ਜੀ ਤੁਹਾਡਾ ਜੀ ਇਸ ਆਰਡੀਨੈਂਸ ਨੂੰ ਲੈ ਕੇ? ਅਸਲ ਵਿੱਚ ਜਿਹੜਾ ਕਿਸਾਨ ਹੈ ਨਾ, ਉਹ ਪੂਰੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਜੇ ਪੂਰੇ ਦੇਸ਼ ਨੂੰ ਆਪਾਂ ਇੱਕ ਦਰਖਤ ਮੰਨ ਲਈਏ, ਕਿਸਾਨ ਜਿਹੜਾ ਹੈਗਾ, ਪਰਜਾ ਜਿਹੜੀ ਆ ਉਹਦੀ ਜੜ੍ਹ ਹੈ। ਅਗਰ ਜੜ੍ਹ ਕਮਜ਼ੋਰ ਹੋ ਗਈ, ਰਹਿਣਾ ਦਰਖਤ ਨੇ ਵੀ ਨਹੀਂ। ਮੋਦੀ ਸਰਕਾਰ ਨੇ 3 ਬਿੱਲ ਆਰਡੀਨੈਂਸ ਕਿਸਾਨਾਂ ਦੇ ਵਿਰੋਧ 'ਚ ਪਾਸ ਕੀਤੇ ਨੇ, ਉਹ ਵੀ ਸੰਵਿਧਾਨ ਮੁਤਾਬਕ ਨਹੀਂ, ਕਾਨੂੰਨ ਅਨੁਸਾਰ ਨਹੀਂ, ਧੱਕੇ ਨਾਲ ਲੋਕ ਸਭਾ 'ਚ ਪਾਸ ਹੋਇਆ, ਫਿਰ ਰਾਜ ਸਭਾ 'ਚ ਬਿਨਾਂ ਕਿਸੇ ਵੋਟ ਤੋਂ, ਆਵਾਜ਼ ਦੇ ਬੇਸ 'ਤੇ ਹੀ। ਆਵਾਜ਼ ਤਾਂ 10 ਬੰਦਿਆਂ ਦੀ ਵੀ 100 ਬੰਦਿਆਂ ਵਰਗੀ ਲੱਗਦੀ ਹੈ, ਉਹ ਧੱਕੇ ਨਾਲ ਪਾਸ ਕਰ ਦਿੱਤਾ ਗਿਆ ਹੈ। ਪਰ ਇਹਨਾਂ ਬਿੱਲਾਂ ਦੇ ਪਿੱਛੇ, ਪਾਸ ਕਰਨ ਪਿੱਛੇ ਕੀ ਰਾਜ ਹੈ ਕਿ ਸਰਮਾਏਦਾਰੀ ਜਿਹੜੀ ਹੈ, ਚਾਹੇ ਕੋਈ ਅੰਡਾਨੀ ਗਰੁੱਪ ਹੈ, ਚਾਹੇ ਅੰਬਾਨੀ ਗਰੁੱਪ ਹੈ, ਟਾਟਾ ਬਿਰਲਾ ਕੋਈ ਵੀ ਹੈ, ਸਰਮਾਏਦਾਰੀ ਨੂੰ ਉੱਪਰ ਚੁੱਕਣਾ। ਪਰ ਇਹਨਾਂ ਨੂੰ ਇਹ ਨਹੀਂ ਪਤਾ ਜੇ ਕਿਸਾਨ ਜਿਹੜਾ ਹੈ, ਜੋ ਕਮਜ਼ੋਰ ਪੈ ਜਾਂਦਾ ਹੈ, ਕਿਸਾਨੀ ਦੇ ਨਾਲ ਸਾਰੇ ਕਿੱਤੇ ਜਿਹੜੇ ਨੇ ਅੱਗੇ ਚੱਲਦੇ ਨੇ, ਚਾਹੇ ਉਹ ਫੈਕਟਰੀਆਂ ਨੇ, ਚਾਹੇ ਬਿਲਡਿੰਗਾਂ ਨੇ, ਚਾਹੇ ਜਿੰਨਾ ਵੀ ਪ੍ਰੋਡਕਟ ਦੇਸ਼ 'ਚ ਬਣ ਰਿਹਾ, ਉਹ ਕਿਸਾਨ ਤੋਂ ਹੀ ਸਾਰੀ ਚੀਜ਼ ਤੋਂ ਚੱਲਦੀ ਹੈ। ਅਗਰ ਮੋਦੀ ਸਰਕਾਰ ਕਿਸਾਨਾਂ ਦੇ ਇੰਨੀ ਹਥਿਆਸੀ ਸੀ, ਤਾਂ ਉਹਨਾਂ ਨੂੰ ਚਾਹੀਦਾ ਸੀ ਪੂਰੇ ਭਾਰਤ ਦੀਆਂ ਕਿਸਾਨ ਯੂਨੀਅਨ ਨੂੰ ਲੈ ਕੇ ਮੀਟਿੰਗਾਂ ਕਰਦੇ, ਮੰਥਨ ਕਰਦੇ,
हूँ भी जेडे खेती दे माहर ने इस सब्जेक्ट दे माहर ने वो कहिंदे ने एक लाइन पा दो कि जेड़ा घट्टो घट समर्थन मुल है फसल का वो जेड़ा सरकार तय करेगी वो जेड़ा किसानां दे हितां दी गल होएगी। पर इहदे विच जेड़े बिल पास किए ने इहदा छुपया होया मोटिव जेड़ा है वो है कि सरमाएदारी नूं उहनां नूं उभारना। पर ये जदों बिल पास होए शायद मोदी सरकार जिहड़ी है वो पंजाब दी जां सिखां दी हिस्टरी नूं भुल गई। अगर वो भुल गए हुण याद कर लैन कि ये जिहड़ा जिथे असीं खड़े हाँ माजरी जिहड़ा इलाका है ये चप्पड़ चिड़ी साढ़े नेड़े ही है खरड़ दे नेड़े कि चप्पड़ चिड़ी विच बाबा बंदा सिंह बहादुर ने वजीदे नूं सोधा लाया सी। उस बाबा बंदा सिंह बहादुर ने जिहड़ी जमीना की मलकीती सी वो जिमीदारा दे नां करवाई सी क्योंकि पहला जिहड़ा मुजारा सिस्टम सी जमीन च खेती कर सकदे सी जिमीदार पर मालक नहीं सी बणदे। जिहड़ियां फरदां बणनियां शुरू होईयां जिहड़ा रेवन्यू शुरू होया बाबा बंदा सिंह बहादुर ने मलकीती जिहड़ी है वो जिमीदारा दे नां कराई ते साडे नां ते किसान वीरां दे नां ते फरदां जिहड़ियां आउण लगियां। सो वो जिहड़ी मलकीती है मोदी सरकार कोई जोर ला लवे वो तां नहीं हटणी क्योंकि ये जिहड़ियां बख्शियां ने मोदी सरकार ये भुल चुके ने धन गुरु तेग बहादुर महाराज ने इन्हां दे जनेऊ ते जंजू दी राखी वास्ते किसे समय उस वेले अपने शरीर दा बलिदान दे के नाल तीन सिख भी शहीद होए सी ते शहीदी पा करके इन्हां दे जनेऊ दी जंजू दी राखी कीती सी। इस तों अगे जाके देखिए मोदी सरकार ये सिखां दा इतिहास भुल गई है कि गजनी दे विच इन्हां दीआं धीआं भैणां बेटियां टके टके दे विकिआ करदीआं सी जिन्हां नूं पंजाब दा सिख नौजवान जाके जोधा सुरमा बन के अपनी जान तली दे धर के छड़ा के लिया के बाज जितना दे हवाले कीतीआं जांदीआं सन। वह हिस्टरी जिहड़ी है जे देश आजाद दी हिस्टरी है 2647 नूं उम्र कैद हुंदी है जिहदे विच 2146 जिहड़े ने वह सिख हुंदे ने 105 नूं फांसी हुंदी है जिहदे विच 93 जिहड़े ने सिख होंदे ने। चाहिए मोदी सरकार नूं पंजाब दी सिखां दी हिस्टरी द्वारे बचे ते इन्हां जिहड़े बिल्लां नूं वापस लवे। अज माजरी विखे जिथे सारे पंजाब च जगह जगह धरने दिते जा रहे ने केवल किसान वीर ही नहीं किसानां दे नाल धार्मिक जथेबंदियां समागम जथेबंदियां संत महापुरश सारे ही नाल खड़े ने। इत्थों तक कि सोशल मीडिया ते देखिया कुछ जिहड़े गायक सी गाने गाउण वाले हालांकि उन्हां दा फील्ड अलग है वह भी डट के खड़ गए ने। पंजाब दा बच्चा बच्चा चप्पा चप्पा जिहड़ा ये बिल्लां दा विरोध कर रहा है। चाहिए जिहड़ी सरकार दीआं एजेंसियां ने उन्हां तों रिपोर्ट लैके इन्हां नूं जल्दी तों जल्दी वापस लिया जाए। अज माजरी विखे भाई रविंदर सिंह वजीदपुर चौधरी साहब कंडौली तो साढ़े नाल खड़े ने होर इलाके के पतवंते सज्जन खड़े ने। रतवाड़ा साहब ट्रस्ट जिहड़ा है श्री मान संत बाबा लखवीर सिंह जी रतवाड़ा साहब वाले मौजूदा मुखी ने उन्हां वालों जथा इत्थे हाजिर होया। पंथक अकाली लहर जिहदे प्रधान सिंह साहब जथेदार भाई रणजीत सिंह हन उन्हां वालों भी भाई प्रभजोत सिंह खरड़ भाई गुरमीत सिंह जी टोनी ते भाई बलविंदर सिंह जी पटवार यूनियन के जिहड़े पंजाब के प्रधान ने वह भी हाजिर होए ने। सो साडे वल्लों ट्रस्ट वल्लों यह विश्वास है कि किसानां नूं जिथे भी इस संघर्ष लोड़ पेगी असीं डट के साथ देवांगे। सो मोदी सरकार फिर आते पुनर्विचार करके इन्हां नूं वापस लवे। ये सारे पंजाब की एक आवाज़ है। वाहिगुरू जी का खालसा वाहिगुरू जी की फतेह।